ਆਕਾਸ਼ ਸਥਾਂ ਵਿੱਚ ਬੈਣਾ ਪਲਟ ਕੇ ਰੱਖਦਾ ਗੇ ਸਿਆਸਤ ਅੜ ਕੇ ਪੱਕੇ ਫਾਲਿਆ ਕੀ ਬਾਤ ਸ੍ਰੀ ਅਕਾਲ ਕੀ ਹਾਲ ਚਾਲ ਨੇ ਆਈ ਹੋਪ ਸਾਰੇ ਠੀਕ ਠਾਕ ਹੋਗੇ ਆਪਾਂ ਜਿਹੜੀ ਰਿਐਕਸ਼ਨ ਵੀਡੀਓ ਲੈ ਕੇ ਆਏ ਹਾਂ ਕਹਿੰਦੇ ਬੱਬੂ ਮਾਨ ਸਾਹਿਬ ਐਰਕੀ ਦੀ ਬੋਲ ਨਹੀਂ ਰਹੇ ਬੱਬੂ ਮਾਨ ਸਾਹਿਬ ਕੁਛ ਕਿਸਾਨਾਂ ਦੀ ਸਪੋਰਟ ਨਹੀਂ ਕਰ ਰਹੇ ਅਤੇ ਅੱਜ ਫਾਈਨਲੀ ਬੱਬੂ ਮਾਨ ਸਾਹਿਬ ਜੀ ਦਾ ਕਿਸਾਨਾਂ ਦੀ ਸਪੋਰਟ ਦੇ 'ਚ ਸੌਂਗ ਆ ਚੁੱਕਿਆ ਵਾ ਧਰਨੇ ਵਾਲੇ ਅਤੇ ਚਲੋ ਦੇਖਣਾ ਕਰਦੇ ਹਾਂ ਸੌਂਗ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਨੋ ਫਾਰਮਰ ਨੋ ਫੂਡ ਅਤੇ ਜਸਟਿਸ ਫੋਰ ਸਿੱਧੂ ਮੂਸੇਵਾਲਾ ਬਾਈ ਅਤੇ ਦੇਖਦੇ ਹਾਂ ਸੌਂਗ ਬਾਕੀ ਬੱਬੂ ਮਾਨ ਸਾਹਿਬ ਇਹਦੇ 'ਚ ਕੀ ਗੱਲ ਕਰਦੇ ਆ ਧਰਨੇ ਬਾਰੇ ਜਾਂ ਕਿਸਾਨਾਂ ਬਾਰੇ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਅਤੇ ਬਾਕੀ ਜਿਹੜੇ ਕਿਸਾਨਾਂ ਬਾਈਆਂ ਨੂੰ ਪਿਆਰ ਕਰਦੇ ਆ ਜਿਹੜੀ ਉਹਨਾਂ ਦੀ ਸਪੋਰਟ ਕਰਦੇ ਆ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਜ਼ਰੂਰ ਲਿਖ ਦਿਓ ਅਤੇ ਬਾਕੀ ਗੱਲ ਆਪਾਂ ਬਚ ਕਰਦੇ ਪਹਿਲਾਂ ਦੇਖਦੇ ਹਾਂ ਸੌਂਗ ਪੰਜਾਬ ਦੇ ਖਿਲਾਫ਼ ਬੋਲ ਰਹੇ ਆ ਨਾ ਜਿਹੜੇ ਪੰਜਾਬ ਨੂੰ ਇੱਕ ਖਾਲਿਸਤਾਨੀਆਂ ਦਾ ਨਾਂ ਦੇ ਕੇ ਬਦਨਾਮ ਕਰ ਰਹੇ ਆ ਮੈਂ ਨਾ ਕਈ ਵੀਡੀਓ ਇੱਦਾਂ ਦੀਆਂ ਦੇਖਦਾ ਜਿਨ੍ਹਾਂ ਨੂੰ ਦੇਖ ਕੇ ਸੱਚੀ ਬੜਾ ਦੁੱਖ ਆਉਂਦਾ ਕਿ ਅਸੀਂ ਕੀ ਮਾੜਾ ਕਰਤਾ ਜੇ ਅੱਜ ਪੰਜਾਬ ਆਪਣਾ ਹੱਕ ਮੰਗਣ ਤੁਰ ਪਿਆ ਤੂੰ ਖਾਲਿਸਤਾਨੀ ਹੋ ਗਿਆ ਵਾ ਜੇ ਪੰਜਾਬ ਅੱਜ ਆਪਣੇ ਹੱਕ ਦੀ ਗੱਲ ਕਰਨ ਲੱਗ ਪਿਆ ਕਿਉਂਕਿ ਯੂਪੀ ਬਿਹਾਰ ਵਾਲੇ ਜਾਂ ਮੰਨ ਲਓ ਇੱਧਰ ਨੂੰ ਗਾਲੀ ਚੱਲ ਜਾਓ ਕਹਿੰਦੇ ਇਹਨਾਂ ਨੂੰ ਤਾਂ ਇਹ ਤਾਂ ਕਿਸਾਨ ਹੈ ਕਿਸਾਨ ਨਹੀਂ ਆ ਇਹਨਾਂ ਨੂੰ ਤਾਂ ਇਹ ਤਾਂ ਕੋਈ ਨਹੀਂ ਉੱਠਦਾ ਬਈ ਆਪਾਂ ਆਪਣੀਆਂ ਸਮਝ ਲਓ ਇੱਕ ਹਿਸਾਬ ਦਾ ਆਪਾਂ ਉੱਜੜ ਚੁੱਕੇ ਹਾਂ ਪਹਿਲੋ ਇਹ ਕੰਮਾਂ 'ਚੋਂ ਆਪਾਂ ਉਦੋਂ ਨਹੀਂ ਇਹ ਚੀਜ਼ਾਂ ਲਈਆਂ ਪੰਜਾਬ ਨੇ ਉਦੋਂ ਵੀ ਇਹ ਚੀਜ਼ਾਂ ਲਈਆਂ ਸੀ ਪੰਜਾਬ ਤੋਂ ਉਦੋਂ ਆਪ ਦਿੱਤੀਆਂ ਸੀ ਸਰਕਾਰਾਂ ਨੇ ਅਤੇ ਹੁਣ ਉਹ ਮੰਗ ਰਹੇ ਆ ਇਹ ਆਪਾਂ ਤਾਂ ਗੱਲ ਕਰ ਹੀ ਨਹੀਂ ਸਕਦੇ ਨਾ ਯੂਪੀ ਬਿਹਾਰ ਵਾਲੇ ਤਾਂ ਭੁੱਲ ਜਾਓ ਕਿ ਤੁਸੀਂ MSP ਬਾਰੇ ਗੱਲ ਕਰ ਲਓਗੇ ਖਾਲੀ ਸਪੋਰਟ ਕਰ ਸਕਦੇ ਜੋ ਉਹਨਾਂ ਨੂੰ ਮਿਲਦੀ ਆ ਉਹਨਾਂ ਤਾਂ ਗੱਲ ਕਰਨੀ ਆ ਜਿਹੜੇ ਕਹਿੰਦੇ ਨਾ ਕਿ ਪੰਜਾਬ ਦੇ ਕਿਸਾਨ ਕੋਲ ਆਹ ਗੱਡੀ ਆ ਰੇਂਜ ਰੋਵਰ ਆ ਬੁਲਟ ਆ ਵੱਡੇ ਵੱਡੇ ਟਰੈਕਟਰ ਆ ਬਾਈ ਹਰ ਇੱਕ ਦੇ ਘਰੋਂ ਬਾਹਰ ਗਿਆ ਵਾ ਹਰ ਇੱਕ ਦੇ ਘਰੋਂ ਪੰਜਾਬ ਦੇ 'ਚ ਉਹਨਾਂ ਦੀ ਅਗਲਿਆਂ ਦੀ ਕੋਈ ਇਹ ਥੋੜ੍ਹਾ ਕਿ ਗਰੀਬ ਬੰਦਾ ਹੀ ਧਰਨਾ ਲਾ ਸਕਦਾ ਵਾ ਅਮੀਰ ਬੰਦਾ ਧਰਨਾ ਨਹੀਂ ਲਾ ਸਕਦਾ ਉਹਨਾਂ ਨੇ ਪਤਾ ਨਹੀਂ ਕਿੰਨੇ ਕਿੰਨੇ ਲੱਖ ਲਾ ਕੇ ਆਪਣੇ ਪੁੱਤ ਬਾਹਰ ਤੋਰੇ ਆ ਫਿਰ ਅੱਜ ਉਹ ਗੱਡੀਆਂ ਜੋਗੇ ਹੋਏ ਆ ਇਹ ਥੋੜ੍ਹਾ ਕਿ ਤੁਹਾਡੇ ਵਾਂਗੂ ਬਸ ਖੇਤੀਆਂ 'ਚ ਹੀ ਰਹਿ ਗਏ ਹੋ ਉਹਨਾਂ ਨੇ ਆਪਣੇ ਹੋਰ ਵੀ ਬਸ ਇਹ ਇੱਕ ਇਹ ਹੱਕ ਆ ਉਹਨਾਂ ਦਾ ਮੰਗਣਾ ਇਹ ਗੱਲ ਮੈਂ ਕਹਿੰਦਾ ਜਿਹੜੇ ਅੱਜ ਪੰਜਾਬ ਨੂੰ ਇੱਦਾਂ ਕਹਿ ਰਹੇ ਨਾ ਖਾਲਿਸਤਾਨੀਆਂ ਦਾ ਅਟੈਕ ਦੇ ਰਹੇ ਆ ਅਤੇ ਉਹ ਜਿਹੜੇ ਧਰਨਾ ਲਾ ਰਹੇ ਕਿਸਾਨ ਜਿਹੜੇ ਧਰਨਿਆਂ 'ਤੇ ਆ ਰਹੇ ਉਹਨਾਂ ਨੂੰ ਇਹ ਗੱਲ ਕਹਿ ਰਹੇ ਨਾ ਕਿ ਇਹ ਕਿਸਾਨ ਨਹੀਂ ਆ ਇਹ ਇਹ ਸਰਕਾਰਾਂ ਦੇ ਸਾਰੇ ਉਹ ਚਲਾਏ ਗਏ ਆ ਬਾਈ ਇੱਕ ਦਿਨ ਤੁਸੀਂ ਸਾਡੇ ਇੱਥੇ ਜਿਹੜੇ ਬੰਦੇ ਕਹਿੰਦੇ ਸੀ ਨਾ ਕਿ ਅੱਜ ਕਿਸਾਨ ਗਲਤ ਆ ਅੱਜ ਫਲਾਨਾ ਇੱਦਾਂ ਵਾ ਜਦੋਂ ਪਿਛਲੇ ਸਾਲ ਆਏ ਸੀ ਜਦੋਂ ਉਹਨਾਂ ਦੀਆਂ ਦੁਕਾਨਾਂ ਸਾਹਮਣੇ ਟੁੱਟੀਆਂ ਨਾ ਉਹ ਕਹਿੰਦੇ ਸੀ ਨਹੀਂ ਆ ਸਰਕਾਰਾਂ ਗਲਤ ਆ ਇਹ ਤਾਂ ਬਾਈ ਸਮਾਂ ਆਉਣ 'ਤੇ ਪਤਾ ਲੱਗਦਾ ਜਿਹਦੇ ਜੇ ਇਹ ਨਾ ਸੋਚੋ ਕਿ ਜੇ ਅੱਜ ਕਿਸਾਨਾਂ 'ਤੇ ਆ ਤਾਂ ਕੱਲ੍ਹ ਨੂੰ ਤੁਹਾਡੇ 'ਤੇ ਨਹੀਂ ਆਊਗੀ ਇਹ ਸਮਾਂ ਹਰ ਇੱਕ ਬੰਦੇ 'ਤੇ ਆਉਣਾ ਵਾ ਅਸੀਂ ਇਸ ਦੇਸ਼ ਤੋਂ ਆਜ਼ਾਦੀ ਨਹੀਂ ਮੰਗਦੇ ਅਸੀਂ ਇਸ ਦੇਸ਼ 'ਚ ਰਹਿਣ ਦੀ ਆਜ਼ਾਦੀ ਮੰਗਦੇ ਹਾਂ ਸਾਨੂੰ ਇਸ ਦੇਸ਼ ਦੇ 'ਚ ਰਹਿਣ ਦੀ ਹਰ ਇੱਕ ਗੱਲ ਕਰਨ ਦੀ ਡੈਮੋਕ੍ਰੇਸੀ ਹੋਣੀ ਚਾਹੀਦੀ ਹੈ ਕਿ ਜੇ ਕੋਈ ਆਪਣੀ ਧਰਨਾ ਲਾ ਰਿਹਾ ਬਾਈ ਇਹ ਸ਼ਾਂਤੀਪੂਰਵਕ ਧਰਨਾ ਲਾ ਸਕਦਾ ਵਾ ਉਹਨੂੰ ਇੱਦਾਂ ਗੋਲੀਆਂ ਨਹੀਂ ਚਲਾਈਆਂ ਜਾਂਦੀਆਂ ਕਿਸੇ ਦਾ ਪੁੱਤ ਸ਼ਹੀਦ ਨਹੀਂ ਕੀਤਾ ਜਾਂਦਾ ਸਰਕਾਰਾਂ ਨੇ ਆਪਣੀ ਗਲਤੀ ਮੰਨੀ ਕਿ ਸਾਡੇ ਕੋਲ ਸ਼ਹੀਦ ਹੋਇਆ ਹਰਿਆਣੇ ਸਰਕਾਰ ਨੇ ਕਿਤੇ ਗਲਤੀ ਮੰਨੀ ਹੈ ਨਹੀਂ ਮੰਨੀ ਬੇਲਾਰੂਸ ਬੋਰਡ ਤੇ ਬਹਿ ਕੇ ਲੰਘਦੇ ਹਰ ਨਾਕੇ ਤੋਂ ਖਾ ਕੇ ਬੇਲਾਰੂਸ ਬੋਰਡ ਤੇ ਬਹਿ ਕੇ ਲੰਘਦੇ ਹਰ ਨਾਕੇ ਤੋਂ ਖਾ ਕੇ ਲਿਫ ਗਏ ਚੰਗੇ ਵਾਲੇ ਆ ਅੜ ਕੇ ਕੱਬੇ ਵਾਲੇ ਆ ਜਿਹੜੇ ਨੱਥ ਦਿੱਲੀ ਨੂੰ ਪਾਉਂਦੇ ਉਹ ਧਰਨੇ ਵਾਲੇ ਆ ਸੁਣ ਬੈਲ ਬੋਟਮ ਵਾਲੀ ਕੁੜੀਏ ਨੀ ਅਸੀਂ ਪਰਨੇ ਵਾਲੇ ਆ ਜਿਹੜੇ ਨੱਥ ਦਿੱਲੀ ਨੂੰ ਪਾਉਂਦੇ ਉਹ ਧਰਨੇ ਵਾਲੇ ਆ ਇਹ ਉਸ ਬੀਬੀ ਨੂੰ ਮੇਰੇ ਸਾਹਮਣੇ ਨਾਲ ਜਵਾਬ ਦਿੱਤਾ ਗਿਆ ਜਿਹੜੀ ਬੀਬੀ ਬੜੀ ਚੰਬਲ ਦੀ ਸੀਗੀ ਜਦੋਂ ਕਿਸਾਨਾਂ ਨੇ ਸੜਕਾਂ ਜਾਮ ਕੀਤੀਆਂ ਸੀ ਸੀਰੀਅਸਲੀ
ਕੀ ਦੱਸੀਏ ਯਾਰ, ਹਾਲਾਤ ਇਦਾਂ ਦੇ ਬਦਲ ਦਿੱਤੇ ਗਏ ਆ ਕਿ ਜੇ ਬੰਦਾ ਕੋਈ ਆਪਣੇ ਹੱਕ ਦੀ ਵੀ ਗੱਲ ਕਰਦਾ ਨਾ, ਉਹ ਵੀ ਇੱਥੇ ਖਾਲਿਸਤਾਨੀ ਮਤਲਬ ਇੱਕ ਬੰਨਿਓ ਬਦਨਾਮ ਕਰਨ ਦੀ ਗੱਲ ਕੀਤੀ ਜਾਂਦੀ ਹੈ। ਜੇ ਮੰਨ ਲਓ ਕੋਈ ਦੂਜੇ ਭਾਈਚਾਰੇ ਦਾ ਬੰਦਾ ਉੱਠ ਕੇ ਉਹਨੂੰ ਕੋਈ ਨੂੰ ਪਾਕਿਸਤਾਨ ਦੱਸ ਦਿੱਤਾ ਜਾਂਦਾ, ਕਿਸੇ ਨੂੰ ਕੁਛ ਦੱਸ ਲੋਕ ਗਿਰ ਗਿਆ ਕਿ ਹੁਣ ਇੱਕ ਬੰਦਾ ਆਪਣੇ ਹੱਕ ਦੀ ਜੇ ਗੱਲ ਕਰਦਾ ਤੇ ਉਹਨੂੰ ਵੀ ਇਹ ਬਦਨਾਮ ਕਰਨ ਤੇ ਲੱਗ ਜਾਂਦੇ ਆ, ਕਹਿੰਦੇ ਇਹ ਤੇ ਬੰਦਾ ਹੈ ਹੀ ਨਹੀਂ ਹੈ। ਮਤਲਬ ਤੁਸੀਂ ਆਪਣਾ ਹੱਕ ਮੰਗਣਾ ਵੀ ਇੱਥੇ ਗੁਨਾਹ ਵਾ। ਜੇ ਤੁਸੀਂ ਕਿਸੇ ਚੀਜ਼ 'ਚ ਗਲਤ ਜੋ, ਜੇ ਸਰਕਾਰਾਂ ਕਿਸੇ ਚੀਜ਼ 'ਚ ਗਲਤ ਹੈ, ਜੇ ਤੁਸੀਂ ਉੱਠ ਕੇ ਉਹਦੇ ਤੇ ਆਵਾਜ਼ ਚੁੱਕਦੇ ਜੋ ਕਿ ਤੁਸੀਂ ਗਲਤ ਜੋ, ਸਰਕਾਰਾਂ ਨਹੀਂ ਗਲਤ, ਸਰਕਾਰ ਜਿੰਨੀ ਮਰਜ਼ੀ ਗਲਤ ਹੋਵੇ, ਮਗਰ ਏਡੇ ਲੋਕ ਅੰਨੇ ਭਗਤ ਹੋ ਚੁੱਕੇ ਇੱਥੇ ਕਿ ਤੁਸੀਂ ਗਲਤ ਜੋ, ਸਰਕਾਰਾਂ ਨਹੀਂ ਗਲਤ। ਸੋਚ ਲਓ ਲੋਕਾਂ ਦੀ ਮਾਨਸਿਕਤਾ ਕਿੱਥੋਂ ਤੱਕ ਡਿੱਗ ਗਈ ਆ। ਜੇ ਹੋਰ 5 ਸਾਲ ਆ ਗਈਆਂ ਤਾਂ ਫਿਰ ਕੀ ਹੋਊਗਾ, ਕੁਛ ਨਹੀਂ ਪਤਾ। ਰਿਐਲਿਟੀ ਆ ਕਿ ਪੰਜਾਬ ਨੂੰ ਰਾਜਾਂ ਰੂਜਾਂ ਤੋਂ ਕੋਈ ਪਰਵਾਹ ਨਹੀਂ ਰਹਿੰਦੀ। ਇਹਨੇ ਤੇ ਦਿੱਲੀ ਪਤਾ ਨਹੀਂ ਕਿੰਨੀ ਵਾਰ ਜਿੱਤ ਜਿੱਤ ਛੱਡੀ ਆ। ਜੇ ਤੁਸੀਂ ਇਹ ਚੀਜ਼ਾਂ ਦਾ ਬੜਾ ਹੰਕਾਰ ਕਰਦੇ, ਚਲੋ ਰੱਬ ਕਰੂ ਕਿਤੇ ਫਿਰ ਉਹ ਦੌਰ ਆਊਗਾ ਤੇ ਤੁਸੀਂ ਆਪ ਕਹੋਗੇ ਕਿ ਤੁਸੀਂ ਰਾਜ ਸੰਭੋਲ। ਇਹ ਜਿਹੜੇ ਅੱਜ ਮਤਲਬ ਗੁਲਾਮੀਆਂ ਦੇ ਵਿੱਚ ਆ, ਜਿਹੜੇ ਅੰਨੇ ਭਗਤ ਹੋ ਚੁੱਕੇ ਆ ਨਾ, ਇਹ ਟਾਈਮ ਆਉਣ ਤੇ ਜੋ ਪਛਤਾਉਣਗੇ ਨਾ, ਫਿਰ ਇਹਨਾਂ ਨੇ ਆਪਣੇ ਆਪੇ ਜੁੱਤੀਆਂ ਮਾਰਨੀਆਂ ਸਿਰਾਂ ਦੇ ਵਿੱਚ ਕਿ ਅਸੀਂ ਗਲਤ ਸੀ। ਸਮਾਂ ਜ਼ਰੂਰ ਆਊ ਇਦਾਂ ਦਾ, ਜਿਹੜਾ ਅੱਜ ਕਿਸਾਨਾਂ ਨੂੰ ਜਾਂ ਜਿਹੜਾ ਇਦਾਂ ਬਦਨਾਮ ਕਰਨ ਤੇ ਲੱਗਿਆ ਨਾ, ਸਮਾਂ ਰੱਬ ਜ਼ਰੂਰ ਲਿਆਊ। ਮੈਂ ਇਕੱਲਾ ਰਿਐਕਸ਼ਨ ਨਹੀਂ ਕਰਦਾ, ਮੈਂ ਆਪਣੇ ਦਿਲ ਦੀ ਭਾਵਨਾ ਵੀ ਦਿੰਦਾ ਨਾ ਵੀਡੀਓ ਦੇ ਵਿੱਚ ਕਿ ਮੇਰਾ ਦਿਲ ਕੀ ਸੋਚਦਾ ਵਾ ਜਾਂ ਮੇਰੀ ਥਿੰਕਿੰਗ ਕੀ ਆ ਉਸ ਬਾਰੇ। ਮੈਂ ਇੱਕ ਨੋਰਮਲ ਜੀ ਗੱਲ ਹੈ ਕਿ ਮੈਨੂੰ ਤਾਂ ਬਈ ਦੁੱਖ ਬਹੁਤ ਲੱਗਦਾ ਜਦੋਂ ਕੋਈ ਸੀਰੀਅਸਲੀ ਮੈਂ ਪੰਜਾਬ ਦੀ ਵੀਡੀਓ ਦੇਖਦਾ। ਹੁਣ ਮੈਂ ਖੁਦ ਯੂਪੀ 'ਚ ਰਹਿੰਦਾ ਵਾਂ, ਮਗਰ ਜਦੋਂ ਕੋਈ ਪੰਜਾਬ ਬਾਰੇ ਮਾੜਾ ਬੋਲਦਾ ਜਾਂ ਪੰਜਾਬ ਬਾਰੇ ਕੋਈ ਸ਼ਬਦਾਵਲੀ ਮਾੜੀ ਬੋਲਦਾ ਵਾ, ਕੋਈ ਸਿੱਖ ਬੰਦੇ ਨੂੰ ਦੇਖ ਕੇ ਜਦੋਂ ਕੋਈ ਖਾਲਿਸਤਾਨੀ ਕਹਿ ਦਿੰਦਾ ਵਾ ਜਾਂ ਜੋ ਖਾਲਿਸਤਾਨੀ ਦਾ ਨਾਂ ਯੂਜ਼ ਕਰਦਾ ਵਾ, ਸੱਚੀ ਮੈਂ ਕਹਿੰਦਾ ਮੇਰਾ ਦਿਲ ਬਹੁਤ ਭਰਦਾ ਕਿ ਅਸੀਂ ਯਾਰ ਕਿੱਥੇ ਕਿੱਥੇ ਲੋਕਾਂ ਦੀ ਮਾਨਸਿਕਤਾ ਡਿੱਗ ਪਈ ਆ ਜਾ ਕੇ ਕਿ ਇੱਕ ਦੇਸ਼ 'ਚ ਰਹਿਣ ਵਾਲੇ ਨੂੰ, ਜਿਹੜੇ ਬੰਦੇ ਨੇ ਕਦੀ ਆਪਣੇ ਰਾਜ ਭਾਗ ਛੱਡੇ ਹੋਣ, ਜਿਹੜੇ ਬੰਦੇ ਕਦੀ ਰਾਜ ਕਰਦੇ ਹੋਣ, ਜਿਹੜੇ ਬੰਦੇ ਰਾਜਾਂ ਦੀ ਮਤਲਬ ਜੇ ਉਹ ਚਾਹੁੰਦੇ ਤੇ ਆਪਣਾ ਰਾਜ ਭਾਗ ਵਧੀਆ ਲੈ ਸਕਦੇ ਸੀ, ਉਹ ਫਿਰ ਤੁਹਾਡੇ ਨਾਲ ਰਲੇ। ਤੇ ਜੇ ਅੱਜ ਉਹ ਕੋਈ ਆਪਣੇ ਹੱਕ ਦੀ ਗੱਲ ਕਰ ਲੈਂਦਾ ਵਾ, ਜੇ ਕੋਈ ਆਪਣੇ ਹੱਕ ਦੀ ਚੀਜ਼ ਮੰਗ ਲੈਂਦਾ ਤੇ ਉਹ ਵਿਚਾਰਾ ਇਦਾਂ ਦਾ ਹੋ ਜਾਂਦਾ ਵਾ। ਜਿਹੜਾ ਬੰਦਾ ਕਦੀ ਇੱਕ ਥਾਲੀ 'ਚ ਬਹਿ ਕੇ ਰੋਟੀ ਖਾਣ ਜੋਗਾ ਹੁੰਦਾ ਸੀ, ਅੱਜ ਤੁਸੀਂ ਉਹਨੂੰ ਵੀ ਵੱਖਰਾ ਕਰਾਉਂਦਾ ਜੋ, ਜਿਹਦੇ ਸਿਰ ਤੇ ਤੁਸੀਂ ਨੱਚੇ ਫਿਰਦੇ ਜੋ ਨਾ, ਅੱਜ ਤੁਸੀਂ ਉਹਨਾਂ ਨੂੰ ਟਾਰਗੇਟ ਕਰ। ਛੱਡ ਕੇ ਕਿਸਾਨ ਕਿਸਾਨੀ ਚੇਤੇ ਆ ਜੂ ਮੂਰਖੋ ਨਾਨੀ। ਇਹ ਤਾਂ ਗੱਲ ਸਹੀ ਆ ਕਿ ਪੰਜਾਬ ਦੇ ਵਿੱਚ ਮੈਂ ਇੱਕ ਗੱਲ ਕਹਿੰਦਾ ਵਾਂ, ਸੀਰੀਅਸਲੀ ਹਰ ਇੱਕ ਬੱਚਾ ਬਾਹਰ ਆ ਇੱਕ ਪਰਿਵਾਰ ਚੋਂ। ਬਾਕੀ ਜਿਹੜੇ ਜਿਹੜੇ ਘਰ ਹੈਗੇ ਆ ਜਿਨ੍ਹਾਂ ਦੇ ਵਿੱਚ ਮੰਨ ਲਓ ਨਹੀਂ ਕੋਈ ਬਾਹਰ, ਜਾਂ ਜਿਹੜੇ ਥੋੜੇ ਗਰੀਬ ਆ ਵਿਚਾਰੇ, ਜੇ ਕਿਤੇ ਉਹ 2-4 ਸਾਲ ਉਹਨਾਂ ਕਿਸਾਨੀ ਛੱਡਤੀ ਨਾ, ਆ ਕਣਕ ਝੋਨਾ ਲਾਉਣਾ ਛੱਡਤਾ ਨਾ, ਇੱਥੇ ਚੌਲ ਨਹੀਂ ਤੁਹਾਨੂੰ ਲੱਭਣੇ, ਚੌਲ ਲੱਭਣ ਨੂੰ ਤਰਸੋਗੇ ਫਿਰ। ਯੂਪੀ ਵਾਲੇ ਇਹ ਗੱਲ ਚੇਤੇ ਰੱਖਿਓ, ਜਿਹੜੇ ਜ਼ਿਆਦਾ ਭਾਤ ਭਾਤ ਖਾਂਦੇ ਨਾ, ਉਹਨਾਂ ਨੂੰ ਫਿਰ ਭਾਤ ਨਹੀਂ ਲੱਭਦਾ, ਫਿਰ ਤੁਸੀਂ ਤਰਸੋਗੇ ਕਿ ਪੰਜਾਬ ਨੂੰ ਅਸੀਂ ਕੀ ਕਹਿ ਬੈਠੇ। ਕਿ ਉਹਦੇ ਸਿਰ ਤੇ ਤੁਸੀਂ 50% ਤੋਂ ਜ਼ਿਆਦਾ ਉਹਦੀ ਉਹ ਵਾ, ਤੁਹਾਨੂੰ ਭਾਤ ਦੇ ਦੇਣ, ਭਾਤ ਚੌਲ। ਜੇ ਕਿਤੇ ਛੱਡ ਕੇ ਕਿਸਾਨ ਕਿਸਾਨੀ ਚੇਤੇ ਆ ਜੂ ਮੂਰਖੋ ਨਾਨੀ। ਲਓ ਨਜ਼ਾਰਾ ਸਾਨੂੰ ਨਾ ਛੇੜੋ, ਸ਼ੌਕ ਯਥਰ ਪਾਲੇ ਆ, ਜਿਹੜੇ ਨੱਥ ਦਿੱਲੀ ਨੂੰ ਪਾਉਂਦੇ। ਨਾ ਛੇੜੋ ਨਾ ਛੇੜੋ, ਤੁਸੀਂ ਨਜ਼ਾਰੇ ਲਓ। ਜੇ ਕਿਤੇ ਛੇੜ ਬੈਠੇ ਤੇ ਫਿਰ ਜਿਹੜੇ ਛੇੜਦੇ ਆ, ਇੱਕ ਬੰਦਾ ਬੜਾ ਕੁੱਦ ਕੁੱਦ ਕੇ ਉੱਤੇ, ਸੀਰੀਅਸਲੀ ਸ਼ਾਇਦ ਤੁਸੀਂ ਮੋਟਾ ਜਿਹਾ ਬੰਦਾ ਵਾ, ਟਕਲੂ ਜਿਹਾ, ਉੱਤੇ ਬੜਾ ਧੱਪ ਚੜਦਾ ਉਹਦਾ ਵੇਖ ਕੇ ਵੀਡੀਓ, ਪਤਾ ਨਹੀਂ ਹਰਿਆਣੇ ਦਾ ਜਾਂ ਕਿੱਥੋਂ ਦਾ ਵਾ। ਉਹਨੂੰ ਤੇ ਜੀ ਕਰਦਾ ਠੋਕਵੇਂ ਜਵਾਬ ਦਾ, ਜਿਹੜਾ ਤੂੰ ਉੱਡ ਉੱਡ ਕੇ ਖਾਲਿਸਤਾਨੀ ਦੱਸਦਾ ਨਾ ਪੁੱਤ, ਸਮਾਂ ਆਊਗਾ ਤੂੰ ਵੀ ਮਾਫੀਆਂ ਮੰਗੇਗਾ ਕਿਸੇ ਦਿਨ।
ਇਹ ਉਹੀ ਆ ਜਿਹੜੇ ਕਿਸੇ ਦੀ ਭਾਜੀ ਜ਼ਿਆਦਾ ਚਿਰ ਰੱਖਦੇ ਨਹੀਂ, ਚੱਟ ਮੋੜਦੇ, ਇਹ ਗੱਲ ਚੇਤੇ ਰੱਖਿਓ। ਜਿਹੜੇ ਨੱਕ ਦਿੱਲੀ ਨੂੰ ਪਾਉਂਦੇ ਯਾਰ, ਪਹਿਲਾਂ ਤਾਂ ਲਾਈਟ ਨਹੀਂ ਆ ਰਹੀ ਸੀ, ਅਤੇ ਬਾਅਦ 'ਚ ਮੈਂ ਸੋਚਿਆ ਇਨਵੇਟਰ ਦੀ ਰਿਐਕਸ਼ਨ ਕਰ ਲੈਂਦੇ। ਇਨਵੇਟਰ 'ਤੇ ਪਤਾ ਨਹੀਂ ਕੀ ਚੱਕਰ ਆ, ਜਦੋਂ ਮੈਂ ਰਿੰਗ ਲਾਈਟ ਇਨਵੇਟਰ ਦੇ ਉੱਤੇ ਲਾਉਣਾ ਤਾਂ ਫਿਰ ਨਾ ਇੱਕ ਤੁਸੀਂ ਆਵਾਜ਼ ਸੁਣੋ, ਸ਼ਾਇਦ ਪਤਾ ਨਹੀਂ ਆ ਰਹੀ ਜਾਂ ਨਹੀਂ, ਟੀ ਜਿਹੜੀ ਆਵਾਜ਼ ਜੀ ਹੁੰਦੀ ਕਿਰ ਕਿਰ ਜੀ, ਅਤੇ ਉਹ ਬੜੀ ਇਰੀਟੇਟ ਜੀ ਕਰਦੀ ਆ ਵੀਡੀਓ ਦੇ ਬਾਅਦ 'ਚ। ਚਲੋ ਨੋਇਸ ਕੰਸੂਲੇਸ਼ਨ ਲਾ ਕੇ ਹਟਾ ਤਾਂ ਲਈਦੀ, ਮਗਰ ਉਹ ਕਿਤੇ ਨਾ ਇਰੀਟੇਟ ਜੀ ਕਰਦੀ ਆਵਾਜ਼, ਅਤੇ ਇਸ ਕਰਕੇ ਮੈਂ ਰਿਐਕਸ਼ਨ ਨਹੀਂ ਕਰ ਰਿਹਾ ਸੀ। ਮਗਰ ਹੁਣ ਲਾਈਟ ਵੀ ਆ ਗਈ, ਦੇਖ ਲਓ ਉਹ ਲਾਈਟ ਜਦੋਂ ਆ ਜਾਂਦੀ ਆ ਤਾਂ ਉਹਦੇ ਨਾਲ ਨਹੀਂ ਕਰਦੀ, ਮਗਰ ਇਨਵੇਟਰ 'ਤੇ ਕਰਦੀ ਆ। ਅਤੇ ਬਾਕੀ ਆ ਸੌਂਗ ਮੈਨੂੰ ਬਹੁਤ ਘੈਂਟ ਲੱਗਾ ਬੱਬੂ ਮਾਨ ਸਾਹਿਬ ਦਾ ਸੌਂਗ। ਮੈਨੂੰ ਸੀਰੀਅਸਲੀ ਇਹ ਸੀ ਕਿ ਬੱਬੂ ਮਾਨ ਸਾਹਿਬ ਕਦੋਂ ਸੌਂਗ ਕੱਢਣਗੇ, ਕਦੋਂ ਇਹ ਸੌਂਗ ਆਊਗਾ, ਕਦੋਂ ਕਿਸਾਨਾਂ ਦੇ ਪ੍ਰਤੀ ਬੋਲਣਗੇ, ਕਿਉਂਕਿ ਜਦੋਂ ਕੋਈ ਐਡੇ ਲੈਵਲ 'ਤੇ ਤਗੜੇ 'ਤੇ ਜਾ ਕੇ ਬੰਦਾ ਬੋਲਦਾ ਤਾਂ ਬਹੁਤ ਅਸਰ ਪੈਂਦਾ ਵਾ। ਬਾਕੀ ਤੁਸੀਂ ਜਾਣਦੇ ਹੀ ਜੋ ਹੁਣ ਜੋਸ਼ ਚੱਲ ਰਿਹਾ ਪੰਜਾਬ ਦੇ 'ਚ, ਜਾਂ ਜੋ ਪੰਜਾਬ ਦੇ ਨਾਲ ਚੱਲ ਰਿਹਾ, ਕੋਈ ਨਹੀਂ ਕਿਸੇ ਤੋਂ ਓਹਲਾ ਬਾਈ। ਸਮਾਂ ਆਉਣ ਦੀ ਗੱਲ ਆ, ਸਮਾਂ ਕਿਸ ਦਿਨ ਰੱਬ ਲਿਆਊਗਾ, ਫਿਰ ਤੁਸੀਂ ਤਰਲੇ ਮਾਰੋਗੇ। ਅਤੇ ਬਾਕੀ ਤੁਸੀਂ ਦੱਸਿਓ ਤੁਹਾਨੂੰ ਬੱਬੂ ਮਾਨ ਸਾਹਿਬ ਦਾ ਸੌਂਗ ਕਿੱਦਾਂ ਲੱਗਾ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਮਿਲਦੇ ਹਾਂ ਜਲਦੀ ਨੈਕਸਟ ਵੀਡੀਓ, ਸਤਿ ਸ਼੍ਰੀ ਅਕਾਲ, ਬਾਏ ਬਾਏ।